ਸਤਿ ਸ੍ਰੀ ਅਕਾਲ ਮੈਂ ਹਾਂ ਨੀਹਾ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਪ੍ਰਵਾਸੀ ਟੀਵੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਤੇ ਕਾਰੋਬਾਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 26 ਸੈਕਟਰਾਂ ਵਿੱਚ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਦਾ ਗਠਨ ਕੀਤਾ ਹੈ ਕਮਿਸ਼ਨ ਦੀ ਅਗਵਾਈ ਉਦਯੋਗਿਕ ਖੇਤਰ ਦੀਆਂ ਨਾਮਵਰ ਹਸਤੀਆਂ ਵੱਲੋਂ ਕੀਤੀ ਜਾਵੇਗੀ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦਾ ਦਰਜਾ ਦਿੱਤਾ ਜਾਵੇਗਾ ਇਸ ਨਾਲ ਕਾਰੋਬਾਰੀਆਂ ਨੂੰ ਲਾਭ ਮਿਲੇਗਾ ਤੇ ਜਿਨ੍ਹਾਂ ਕਾਰੋਬਾਰੀਆਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਸਮੇਂ ਦਿੱਕਤਾਂ ਆਉਂਦੀਆਂ ਸਨ ਉਹਨਾਂ ਦੀਆਂ ਸਮੱਸਿਆਵਾਂ ਦਾ ਵੀ ਆਸਾਨੇ ਨਾਲ ਹੱਲ ਹੋਵੇਗਾ ਉੱਥੇ ਹੀ ਕਾਰੋਬਾਰੀਆਂ ਦੇ ਕਮਿਸ਼ਨ ਆਪਣੀ ਸਮੱਸਿਆ ਜਾਂ ਸੁਝਾਅ ਸਰਕਾਰ ਤੱਕ ਵੀ ਆਸਾਨੀ ਨਾਲ ਪਹੁੰਚਾ ਸਕੇਗਾ ਤੇ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਵਿਸਥਾਰਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਭਗਵੰਤਮਾਨ ਸਰਕਾਰ ਵੱਲੋਂ ਗਠਿਤ ਕੀਤੇ ਗਏ ਇਸ ਕਮਿਸ਼ਨ ਨੂੰ ਲੈ ਕੇ ਪੰਜਾਬ ਦੇ ਸਮੂਹ ਕਾਰੋਬਾਰੀਆਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਧਿਆਨ ਰਹੀ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਾਰੋਬਾਰੀਆਂ ਲਈ ਵਧੀਆ ਮਾਹੌਲ ਸਿਰਜਣ ਦਾ ਟੀਚਾ ਮਿੱਥਿਆ ਗਿਆ ਹੈ ਇਹ ਰੋਜ਼ਗਾਰ ਨਾਲ ਜੁੜਿਆ ਹੋਇਆ ਮਸਲਾ ਵੀ ਹੈ ਤੇ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਰੂਪਨਗਰ ਵਿਖੇ ਸਹਾਇਕ ਪ੍ਰੋਫੈਸਰ ਬਲਵਿੰਦਰ ਕਾਰ ਨੇ ਪਿਛਲੇ ਦਿਨੀ ਖੁਦਕੁਸ਼ੀ ਕਰ ਲਈ ਸੀ ਇਸ ਦੇ ਚੱਲਦਿਆਂ ਸੁਨੀਲ ਜਾਖੜ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦੇ ਆਗੂਆਂ ਦਾ ਇੱਕ ਵਫ਼ਦ ਰਾਜਪਾਲ ਬੀ ਐਲ ਪ੍ਰੋਹਿਤ ਨੂੰ ਮਿਲਿਆ ਇਸ ਵਫ਼ਦ ਨੇ ਪ੍ਰੋਫੈਸਰ ਬਲਵਿੰਦਰ ਕਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ ਦੀ ਮੰਗ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ ਇਸ ਦੇ ਚਲਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਆਤਮ ਹੱਤਿਆ ਲਈ ਸਿਰਫ ਕੈਬਨਟ ਮੰਤਰੀ ਨਹੀਂ ਬਲਕਿ ਸਾਰੀ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ ਜਾਖੜ ਨੇ ਦੱਸਿਆ ਕਿ ਰਾਜਪਾਲ ਨੇ ਉਹਨਾਂ ਦੀ ਸਾਰੀ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਇਨਸਾਫ ਦਾ ਭਰੋਸਾ ਦਿੱਤਾ ਉਹਨਾਂ ਅੱਗੇ ਕਿਹਾ ਕਿ ਮ੍ਰਿਤਕਾ ਪ੍ਰੋਫੈਸਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਸੀਂ ਲਗਾਤਾਰ ਸੰਘਰਸ਼ ਕਰਾਂਗੇ ਇਸ ਦੌਰਾਨ ਇਸ ਖੁਦਕੁਸ਼ੀ ਮਾਮਲੇ ਤੇ ਤਖਸਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪ੍ਰतिकਰਮ ਦਿੰਦਿਆ ਇਸ ਘਟਨਾ ਨੂੰ ਅਤੇ ਮੰਦ ਪਾ ਗਈ ਤੇ ਝੰਜੋੜ ਦੇਣ ਵਾਲੀ ਦੱਸਿਆ ਉਹਨਾਂ ਕਿਹਾ ਕਿ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਸੰਬੰਧੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਖੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਨੌਬਤ ਆ ਗਈ ਵੀ ਹੁਣ ਪ੍ਰੋਫੈਸਰਸ ਤਾਂ ਹੀ ਜਿਹੜੇ ਹੈ ਉਹਨਾਂ ਨੂੰ ਆਤਮ ਹੱਤਿਆ ਕਰਨ ਤੇ ਮਜਬੂਰ ਹੋਣ ਦਾ ਆਟਮੰਦਰ ਸਾਹਮਣੇ ਦੇਖਿਆ ਜਾ ਰਿਹਾ ਜਿਹੜੀ ਪਹਿਣ ਬਲਵਿੰਦਰ ਕੌਰ ਨੇ ਸਰਕਾਰ ਦੇ ਅਹੰਕਾਰ ਤੋਂ ਮਸ਼ਹੂਰ ਹੋ ਕੇ ਸਰਕਾਰ ਦੇ ਨੁਮਾਇंदे ਮੰਤਰੀ ਸਾਹਿਬ ਜਿਹੜੇ ਉਸੇ ਸਰਕਾਰ ਦੀ ਅਹੰਕਾਰ ਪ੍ਰਤੀਕਸ਼ੀਅ ਦੇ ਸਹਤ ਜਿਨ੍ਹਾਂ ਨੇ ਇਹਨਾਂ ਨੇ ਇਹਨਾਂ ਦੇ ਸਾਰੇ ਇਸ ਧਰਨੇ ਨੂੰ ਮਜ਼ਾਕ ਬਣਾਇਆ ਧਮਕੀਆਂ ਦਿੱਤੀਆਂ ਉਹਦੇ ਨਾਲ ਮਸ਼ਹੂਰ ਹੋ ਕੇ ਜੇ ਤਾਂ ਉਹਨਾਂ ਨੇ ਬਲਵਿੰਦਰ ਕੌਰ ਉਹਨਾਂ ਨੇ ਆਤਮਸੱਖਿਆ ਕਰਨ ਦਾ ਫੈਸਲਾ ਲਿਆ ਮੈਂ ਸਮਝਦਾ ਆ ਪੰਜਾਬ ਸਰਕਾਰ ਦੇ ਮੱਥੇ ਤੇ ਇੱਕ ਬਹੁਤ ਨੂੰ ਵੱਡਾ ਕਲੰਕ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿੱਚ ਰੱਖੀ ਗਈ ਬਹਿਸ ਵੀ ਜ਼ਰੂਰ ਜਾਣਗੇ। ਉਨ੍ਹਾਂ ਕਿਹਾ ਕਿ ਉਹ ਸਿਰਫ S Y L ਤੇ ਨਹੀਂ ਸਗੋਂ ਪੰਜਾਬ ਵਿੱਚ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਮੁਲਾਜ਼ਮਾਂ ਦੇ ਮੁੱਦਿਆਂ ਸੰਬੰਧੀ ਵੀ ਸਰਕਾਰ ਕੋਲੋਂ ਜਵਾਬ ਮੰਗਣਗੇ। ਜਾਖੜ ਨੇ ਕਿਹਾ ਕਿ ਅਸੀਂ ਜਵਾਬ ਦੇਣ ਨਹੀਂ ਸਗੋ ਸਰਕਾਰ ਤੋਂ ਜਵਾਬ ਮੰਗਣ ਜਾਵਾਂਗੇ। ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਚਲਾਰੇ ਹਨ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਅਪੁਆਇੰਟ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਦੇ ਵੀ ਆਵਾਜ਼ ਨਹੀਂ ਸੁਣ ਰਹੀ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਵਾਈਐਲ ਅਤੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ 1 ਨਵੰਬਰ ਨੂੰ ਖੁੱਲੀ ਬਹਿਸ ਲਈ ਵਿਰੋਧੀ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਹੋਇਆ ਹੈ ਇਹ ਬਹਿਸ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰੱਖੀ ਗਈ ਹੈ ਡਾਕਟਰ ਸਾਹਿਬ ਉਹ ਕਹਿੰਦੇ ਨੇ ਕਿ ਅਸੀਂ ਸਵਾਲਾਂ ਦੇ ਜਵਾਬ ਲਗਾਗੇ ਡਿਬੇਟ ਦੇ ਵਿੱਚ ਜਾ ਕੇ ਤੁਸੀਂ ਬਣੋਗੇ ਜੀ ਹਿੱਸਾ ਇੱਕ ਤਰੀਕ ਦੀ ਡਿਬੇਟ ਦਾ ਇਹ ਸਵਾਲ ਲੈ ਤਾਂ ਜਾਊਗਾ ਜਾਊਗਾ ਉਹ ਜਵਾਬ ਲੈਣਗੇ ਨਹੀਂ ਉਹਨਾਂ ਤੋਂ ਜਵਾਬ ਲਵਾਂਗੇ ਸਰਕਾਰ ਆ ਜੋ ਹੈ ਜਵਾਬ ਲਵਾਂਗੇ ਪਰ ਜਵਾਬ ਖੰਦ-ਤੰਦ ਵਾਂਗੇ ਸਰ ਅੱਜ ਤਾਈਂ ਮੈਂ ਕੱਲ ਚੈੱਕ ਕੀਤਾ ਉਹ ਜਿਹੜਾ ਅਜੂਰੀਆ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਅੱਜ ਤਾਈਂ ਕੋਈ ਬੁਕਿੰਗ ਹੈ ਨਹੀਂ ਸਰਕਾਰ ਦਾ ਕੋਈ ਲੈਟਰ ਹੈ ਕੋਈ ਆਫੀਸ਼ੀਅਲ ਉਹਨਾਂ ਕੋਲ ਐਕਸਪਲੇਨੇਸ਼ਨ ਕੋਈ ਹੈ ਪੰਜਾਬ ਦੇ ਚਰਚਿਤ ਪੁਲਿਸ ਕੈਡ ਗੁਰਮੀਤ ਪਿੰਕੀ ਦੀ ਮੌਤ ਹੋ ਗਈ ਹੈ ਪਿੰਕੀ ਨੂੰ ਡੇਂਗੂ ਹੋਇਆ ਸੀ ਜਿਸ ਦੇ ਚੱਲਦਿਆਂ ਉਸ ਦੇ ਪਲੇਟਲਟਸ ਘਟ ਗਏ ਸਨ ਉਸ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਪੜਤਰੀ ਕਰਵਾਇਆ ਗਿਆ ਸੀ ਜਿੱਥੇ ਅੱਜ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ ਪਿੰਕੀ ਸਰਹੰਦ ਨੇੜੇ ਬਣੇ ਇੱਕ ਫਾਰਮ ਹਾਊਸ ਵਿੱਚ ਰਹਿੰਦਾ ਸੀ ਤੇ ਉਸ ਦਾ ਅੰਤਿਮ ਸੰਸਕਾਰ ਬੇਟੀ ਦੇ ਵਿਦੇਸ਼ ਤੋਂ ਪਰਤਨ ਮਗਰੋਂ ਕੀਤਾ ਜਾਵੇਗਾ ਪੰਜਾਬ ਵਿੱਚ ਗੁਰਮੀਤ ਪਿੰਕੀ ਨੂੰ ਪੁਲਿਸ ਦਾ ਮੁਖਬਰ ਮੰਨਿਆ ਜਾਂਦਾ ਸੀ ਜਿਸ ਨੂੰ ਬਾਅਦ ਵਿੱਚ ਪੰਜਾਬ ਪੁਲਿਸ ਵਿੱਚ ਇਨਸਪੈਕਟਰ ਬਣਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ 2001 ਵਿੱਚ ਉਸਨੇ ਲੁਧਿਆਣਾ ਵਿੱਚ ਇੱਕ ਨੌਜਵਾਨ ਅਵਤਾਰ ਸਿੰਘ ਉਰਫ ਗੋਲਾ ਨੂੰ ਸਿਰਫ ਰਸਤਾ ਪੁੱਛਣ ਤੇ ਹੀ ਗੋਲੀ ਮਾਰ ਦਿੱਤੀ ਸੀ ਇਸ aarop ਵਿੱਚ ਉਸ ਨੂੰ ਅਦਾਲਤ ਵੱਲੋਂ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ ਪਰੰਤੂ ਉਹ ਕਿਸੇ ਤਰ੍ਹਾਂ 7 ਸਾਲ ਦੀ ਸਜ਼ਾ ਪੂਕਤਨ ਮਗਰੋਂ ਹੀ ਜੇਲ੍ਹ ਤੋਂ ਬਾਹਰ ਆ ਗਿਆ ਸੀ ਪਿੰਕੀ ਨੂੰ ਪੰਜਾਬ ਦੇ ਸਾਧਕਾ ਡੀਜੀਪੀ ਸੁਮੇਤ ਸੈਣੀ ਦਾ ਕਰੀਬੀ ਮੰਨਿਆ ਜਾਂਦਾ ਸੀ ਤੇ ਲੁਧਿਆਣਾ ਰੇਂਜ ਦੇ ਆਈਜੀ ਰਹੇ ਗੁਰਿੰਦਰ ਸਿੰਘ ਲੋ ਨੇ ਜੇਲ੍ਹ ਚੋਂ ਬਾਹਰ ਆਉਣ ਮਗਰੋਂ ਪਿੰਕੀ ਨੂੰ ਪੁਲਿਸੀ ਨੌਕਰੀ ਤੇ ਬਹਾਲ ਕਰ ਦਿੱਤਾ ਸੀ ਜਦਕਿ ਮੀਡੀਆ ਵਿੱਚ ਖਬਰਾਂ ਆਉਣ ਤੋਂ ਬਾਅਦ ਪਿੰਕੀ ਨੂੰ ਰਾਤੋ-ਰਾਤ ਨੌਕਰੀ ਤੋਂ ਫਿਰ ਬਰਖਾਸਤ ਕਰ ਦਿੱਤਾ ਗਿਆ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਅਦੀਨ ਆਉਂਦੇ ਪਿੰਡ ਚੌਂਕ ਹਰੀਹਰ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਗੋਦ ਲੈ ਲਿਆ ਇਸ ਸੰਬੰਧੀ ਜਾਣਕਾਰੀ ਫਿਰੋਜ਼ਪੁਰ ਦਿਹਾਤੀ ਤੋਂ ਆਪ ਵਿਧਾਇਕ ਰਜਨੀਸ਼ ਧਈਆ ਨੇ ਦਿੱਤੀ ਹੈ ਵਿਧਾਇਕ ਧਈਆ ਨੇ ਕਿਹਾ ਕਿ ਉਹਨਾਂ ਨੇ ਸੰਸਦ ਮੈਂਬਰ ਸੰਦੀਪ ਪਾਠਕ ਨੂੰ ਬੇਨਤੀ ਕੀਤੀ ਸੀ ਕਿ ਹਲਕੇ ਦੇ ਕਿਸੇ ਇੱਕ ਪਿੰਡ ਦੀ ਆਦਰਸ਼ ਗ੍ਰਾਮ ਯੋਜਨਾ ਤਹਿਤ ਚੌਣ ਕੀਤੀ ਜਾਵੇ ਤਾਂ ਜੋ ਪਿੰਡ ਦਾ ਸਰਵਪੱਖੀ ਵਿਕਾਸ ਹੋ ਸਕੇ ਸੰਦੀਪ ਪਾਠਕ ਨੇ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਚੌਂਕ ਹਰੀਹਰ ਪਿੰਡ ਨੂੰ ਸੰਸਦ ਆਦਰਸ਼ ಗ್ರಾಮ ਯੋਜਨਾ ਦੇ ਤਹਿਤ ਚੁਣਿਆ ਤੇ ਹੁਣ ਇਸ ਪਿੰਡ ਦਾ ਇਸ ਯੋਜਨਾ ਤਹਿਤ ਵਿਕਾਸ ਕੀਤਾ ਜਾਵੇਗਾ ਵਿਧਾਇਕ ధਈਆ ਨੇ ਪਿੰਡ ਦੀ ਚੋਣ ਕਰਨ ਬਦਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਦੀਪ ਪਾਠਕ ਦਾ ਧੰਨਵਾਦ ਕੀਤਾ ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦਾ ਵਿਕਾਸ ਕਰਨ ਵਿੱਚ ਜੁਟੀ ਹੋਈ ਹੈ ਤੇ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਕੇ ਸੂਬੇ ਨੂੰ ਵਿਕਾਸ ਦੇ ਮਾਮਲੇ ਵਿੱਚ ਦੇਸ਼ ਵਿੱਚ ਮੋਰੀ ਰਾਜ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਰਾਜਸਥਾਨ ਵਿੱਚ ਇੱਕ ਚੌਨ ਰੈਲੀ ਦੌਰਾਨ ਕਾਂਗਰਸ ਪਾਰਟੀ ਦੀ ਜਨ ਅਸਕਤ ਪ੍ਰਿਯੰਕਾ ਗਾਂਧੀ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋ ਵੱਡੇ ਚੋਣਵੀ ਵਾਅਦੇ ਕੀਤੇ। ਉਹਨਾਂ ਕਿਹਾ ਕਿ ਜੇਕਰ ਰਾਜਸਥਾਨ ਵਿੱਚ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਹਰ ਪਰਿਵਾਰ ਦੀ ਮਹਿਲਾ ਮੁਖੀ ਨੂੰ ਹਰ ਸਾਲ 2 ਜਾਂ 3 ਕਿਸ਼ਤਾਂ ਵਿੱਚ 10000 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ 1 ਕਰੋੜ 5 ਲੱਖ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਦਿੱਤਾ ਜਾਵੇਗਾ ਜੋ ਹੁਣ ਸਿਰਫ 76 ਲੱਖ ਪਰਿਵਾਰਾਂ ਨੂੰ ਹੀ ਮਿਲ ਰਿਹਾ ਹੈ। ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਸਰਕਾਰ ਕੋਲ ਰੋਜ਼ਗਾਰ ਪੈਦਾ ਕਰਨ ਲਈ ਕੋਈ ਵਿਜ਼ਨ ਨਹੀਂ ਹੈ ਪਬਲਿਕ ਸੈਕਟਰ ਦੀਆਂ ਕੰਪਨੀਆਂ ਕੋਲੋ ਰੋਜ਼ਗਾਰ ਮਿਲਦਾ ਸੀ ਜਿਨ੍ਹਾਂ ਨੂੰ ਇਸ ਸਰਕਾਰ ਨੇ ਵੱਡੇ ਉਦਯੋਗਪਤੀਆਂ ਨੂੰ ਵੇਚ ਦਿੱਤਾ ਹੈ ਇਸ ਰੈਲੀ ਦੌਰਾਨ ਕਈ ਭਾਜਪਾ ਆਗੂ ਕਾਂਗਰਸ ਪਾਰਟੀ ਵੀ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਬਕਾ ਪ੍ਰਧਾਨ ਮਮਤਾ ਸ਼ਰਮਾ ਨੇ ਮੰਚ ਤੇ ਪਹੁੰਚ ਕੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ ਇਸ ਤੋਂ ਇਲਾਵਾ ਕਿਸ਼ਨਗਰ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜ ਚੁੱਕੇ ਵਿਕਾਸ ਚੌਧਰੀ ਢੋਲਪੁਰ ਤੋਂ ਵਿਧਾਇਕ ਸ਼ੋਭਾ ਰਾਣੀ ਕੁਸ਼ਵਾ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਜਿਸ ਨੂੰ ਭਾਜਪਾ ਲਈ एक बड़ा चटका माना जा रहा है तो इन सब को आप अच्छी तरह से जब समझेंगे और आप जागरूक बनेंगे कि किस तरह की सरकार आप चाहते हैं, किस तरह के नेता चुनना चाहते हैं, क्या आप ऐसे नेता चाहते हैं जो सिर्फ अपना ही भविष्य देखते रहे अपनी सत्ता में रहने का काम करते रहे और आपके बारे में सोचे ही नहीं चुनाव आए तो धर्म की बातें शुरू तो आपका काम है की नहीं है आपका दायित्व है आपका धर्म होना चाहिए National Council of Educational Research and Training yani NCERT ਦੇ ਪੈਨਲ ਵੱਲੋਂ ਸਾਰੀਆਂ NCERT ਦੀਆਂ ਪਾਠ ਪੁਸਤਕਾਂ ਵਿੱਚ ਇੰਡੀਆ ਨਾਮ ਬਦਲ ਕੇ ਭਾਰਤ ਰੱਖਣ ਦੇ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ NCERT ਦੀਆਂ ਅਗਲੀਆਂ ਕਿਤਾਬਾਂ ਦੇ ਸੈੱਟ ਵਿੱਚ ਇਹ ਨਾਮ ਬਦਲ ਦਿੱਤੇ ਜਾਣਗੇ ਦਰਅਸਲ NCERT ਆਪਣੇ ਸਿਲੇਬਸ ਵਿੱਚ ਨਵੀਂ ਸਿੱਖਿਆ ਨੀਤੀ ਦੇ ਤਹਿਤ ਬਦਲਾਅ ਕਰ ਰਿਹਾ ਹੈ ਇਸ ਦੇ ਲਈ 19 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ ਸੀ ਇਸ ਕਮੇਟੀ ਨੇ ਹੀ ਦੇਸ਼ ਦਾ ਨਾਮ ਇੰਡੀਆ ਦੀ ਬਜਾਏ ਭਾਰਤ ਲਿਖਣ ਦਾ ਸੁਝਾਅ ਦਿੱਤਾ ਹੈ ਨਾਲ ਹੀ ਸਿਲੇਬਸ ਵਿੱਚੋਂ ਪ੍ਰਾਚੀਨ ਇਤਿਹਾਸ ਨੂੰ ਹਟਾ ਕੇ ਕਲਾਸਿਕਲ ਹਿਸਟਰੀ ਨੂੰ ਸ਼ਾਮਿਲ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਹੈ ਰਾਸ਼ਟਰੀ ਸਵੈਮ ਸੇਵਕ ਸੰਗ ਯਾਨੀ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਸਾਡੇ ਦੇਸ਼ ਦਾ ਨਾਮ ਭਾਰਤ ਹੈ ਤੇ ਇੰਡੀਆ ਤਾਂ ਅੰਗਰੇਜ਼ਾਂ ਦਾ ਦਿੱਤਾ ਨਾਮ ਹੈ ਉਹਨਾਂ ਨੇ ਦੇਸ਼ ਵਾਸੀਆਂ ਨੂੰ ਇੰਡੀਆ ਦੀ ਬਜਾਏ ਭਾਰਤ ਨਾਮ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਸੀ ਇਸ ਤੋਂ ਬਾਅਦ ਜੀ20 ਸੰਮੇਲਨ ਦੌਰਾਨ ਜੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਲ ਸਾਰੇ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਭੇਜਿਆ ਗਿਆ ਤਾਂ ਉਸ ਤੇ ਰਿਪਬਬਲਿਕ ਆਫ ਭਾਰਤ ਲਿਖਿਆ ਗਿਆ ਸੀ ਇਜ਼ਰਾਈਲ ਅਤੇ ਦੈਸ਼ਤਿਸ ਸੰਗਠਨ ਹਮਾਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ 19ਵਾਂ ਦਿਨ ਹੈ ਇਸ ਵਿਚਾਲੇ ਯੂਨ ਯਾਨ ਯਾਨ ਯੂਨਾਈਟਿਡ ਨੇਸ਼ਨ ਵਿੱਚ ਇਜ਼ਰਾਈਲ ਦੇ ਅੰਬੈਸਡਰ ਗਿਲਾਦ ਇਰਦਾਨ ਨੇ ਦੱਸਿਆ ਕਿ ਇਜ਼ਰਾਈਲ ਯੂਨ ਦੇ ਅਧਿਕਾਰੀਆਂ ਨੂੰ ਵੀਜ਼ਾ ਨਹੀਂ ਦੇਵੇਗਾ ਇਰਦਾਨ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਮਾਨਵੀ ਮਾਮਲੇ ਦੇ ਅਧਿਕਾਰੀ ਮਾਰਟਿਨ ਗ੍ਰਿਫਸ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਿਆਰ ਹੈ ਕਿ ਇਜ਼ਰਾਈਲ ਯੂਨ ਚੀਫ ਐਂਟੋਨੀਓ ਗੁਟਰੇਸ ਦੇ ਬਿਆਨ ਤੋਂ ਨਾਰਾਜ਼ ਹੈ ਗੁਟਰੇਸ ਨੇ ਕਿਹਾ ਕਿ ਫਲਸਤੀਨੀ ਇਸ ਜੰਗ ਵਿੱਚ ਜੋ ਸਹਰੇ ਹਨ ਉਸ ਦੇ ਬਾਵਜੂਦ ਹੀ ਹਮਾਸ ਦੇ ਹਮਲਿਆਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਇਸ ਤਰ੍ਹਾਂ ਹਮਾਸ ਦੇ ਹਮਲਿਆਂ ਦੀ ਸਜ਼ਾ ਸਾਰੇ ਫਲਸਤੀਨੀਆ ਨੂੰ ਮਿਲਣਾ ਵੀ ਸਹੀ ਨਹੀਂ ਹੈ ਗੁਟਰੇਸ ਦੇ ਇਸ ਬਿਆਨ ਤੋਂ ਬਾਅਦ ਇਜ਼ਰਾਈਲ ਦੇ ਪ੍ਰਤੀਨਿਧੀ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ ਉਹਦੇ ਦੂਜੇ ਪਾਸੇ ਅਮਰੀਕਾ ਨੇ ਵੀ ਕਿਹਾ ਕਿ ਉਹ ਅਜੇ ਤੱਕ ਸੀਜ਼ ਫਾਇਰ ਦੇ ਸਮਰਥਨ ਵਿੱਚ ਨਹੀਂ ਹਨ ਕਿਉਂਕਿ ਇਸ ਨਾਲ ਹਮਾਸ ਨੂੰ ਹੀ ਫਾਇਦਾ ਹੋਵੇਗਾ ਇਸ ਤੋਂ ਪਹਿਲਾਂ ਇਜ਼ਰਾਈਲ ਫੌਜ ਨੇ ਮੰਗਲਵਾਰ ਰਾਤ ਵੇਲੇ ਸੀਰੀਆ ਦੇ ਮਿਲਟਰੀ ਬੇਸ ਤੇ ਹਮਲੇ ਕੀਤੇ The UN is failing a new Mr Secretary General have lost all morality and impartiality